ਅੱਜ ਦਾ ਇਹ ਰਿਜ਼ਾਈਨ ਨਵਜੋਤ ਸਿੰਘ ਸਿੱਧੂ ਦਾ ਬੜਾ ਹੀ ਇੱਕ ਸਾਜ਼ਿਸ਼ ਭਰਿਆ ਦੇਣ ਆ। ਕਿਉਂ ਨਵਜੋਤ ਸਿੰਘ ਸਿੱਧੂ ਨੇ 14 ਤਰੀਕ ਚੁਣੀ? ਟਵੀਟ ਇੱਕ ਮਹੀਨਾ, ਰਿਜ਼ਾਈਨ ਇੱਕ ਮਹੀਨਾ ਪੁਰਾਣਾ ਹੈ ਜਿਹੜਾ ਰਾਹੁਲ ਗਾਂਧੀ ਨੇ ਉਹਨਾਂ ਦਿੱਤਾ ਹੈ, ਔਰ ਅੱਜ ਪੋਸਟ ਅੱਜ ਕੀਤਾ। ਕਿਉਂ? ਕਿਉਂਕਿ ਅੱਜ ਕਰਤਾਰਪੁਰ ਦੇ ਲਾਂਘੇ ਦੇ ਉੱਤੇ ਇੱਕ ਇਤਿਹਾਸਿਕ ਜਿੱਤ ਹੋ ਰਹੀ ਹੈ ਦੇਸ਼ ਦੀ, ਦੇਸ਼ ਦੇ ਲੋਕਾਂ ਦੀ, ਸਿੱਖਾਂ ਦੀ, ਜੋ ਨਵਜੋਤ ਸਿੰਘ ਸਿੱਧੂ ਨੂੰ ਬਰਦਾਸ਼ਤ ਨਹੀਂ ਕਤਈ। ਨਵਜੋਤ ਸਿੰਘ ਸਿੱਧੂ ਨੇ ਸਾਰੀ ਆਪਣੀ ਇਸ ਚੀਜ਼ ਨੂੰ ਡਿਵਰਟ ਕਰਨ ਵਾਸਤੇ ਇੱਕ ਨਵਾਂ ਪੈਂਤਰਾ ਸੁੱਟਿਆ ਔਰ ਕਿਹਾ ਕਿ ਅੱਜ ਮੈਂ ਰਿਜ਼ਾਈਨ ਦੇ ਟਵੀਟ ਕਰਦਾ। ਰਿਜ਼ਾਈਨ ਕੀਤਾ ਹੈ 14 ਤਰੀਕ 6ਵੇਂ ਮਹੀਨੇ ਚ। ਅੱਜ ਇੱਕ ਮਹੀਨੇ ਬਾਅਦ ਪੂਰੇ ਅੱਜ ਦਾ ਦਿਨ ਚੁਣਿਆ ਜਾਂਦਾ ਹੈ ਜਦੋਂ ਇੰਪੋਰਟੈਂਟ ਡਿਸਕਸ਼ਨਾਂ ਚੱਲਦੀਆਂ ਪਈਆਂ ਕਰਤਾਰਪੁਰ ਦੇ ਉੱਤੇ। ਨਵਜੋਤ ਸਿੰਘ ਸਿੱਧੂ ਨੂੰ ਰਿਜ਼ਾਈਨ ਕਰਨਾ ਚਾਹੀਦਾ, ਇਨਫੈਕਟ ਮੈਂ ਤਾਂ ਕਹੂੰਗਾ ਉਹਨੂੰ ਸੈਕ ਕਰਨਾ ਚਾਹੀਦਾ ਸੀ, ਉਹਨੂੰ ਹਟਾ ਦੇਣਾ ਚਾਹੀਦਾ ਸੀ ਮੰਤਰੀ। ਪਰ ਨਵਜੋਤ ਸਿੰਘ ਸਿੱਧੂ ਸਾਹਿਬ ਇਹ ਦੇਸ਼ ਦੇ ਨਾਲ ਤਾਂ ਤੁਹਾਡੀ ਗਦਾਰੀਆਂ ਪਹਿਲਾਂ ਦੇਖੀਆਂ ਸੀ, ਲੇਕਿਨ ਕੌਮ ਦੇ ਨਾਲ ਇਹ ਗਦਾਰੀਆਂ ਚੰਗੀ ਗੱਲ ਨਹੀਂ। ਅੱਜ ਦਾ ਦਿਨ ਸਾਡੇ ਸਾਰਿਆਂ ਵਾਸਤੇ, ਗੁਰੂ ਨਾਨਕ ਨਾਮ ਲੇਵਾ ਸੰਗਤ ਵਾਸਤੇ ਬਹੁਤ ਅਹਿਮ ਦੇਣ ਆ, ਕਿਉਂਕਿ ਅੱਜ ਸਾਡੇ ਰਸਤੇ ਦੇ ਉੱਤੇ ਡਿਸਕਸ਼ਨ ਹੋ ਰਹੀ ਆ। ਕਿੰਨੇ ਲੋਕ ਜਾਣਗੇ ਜੀ, ਡਿਸਕਸ਼ਨ ਹੋ ਰਹੀ ਆ। ਬਿਨਾਂ ਵੀਜ਼ੇ ਤੋਂ ਜਾਣਗੇ ਜੀ, ਡਿਸਕਸ਼ਨ ਹੋ ਰਹੀ ਆ। 365 ਦਿਨ ਜਾਣਾ ਚਾਹੀਦਾ, ਇਹਦੀ ਡਿਸਕਸ਼ਨ ਹੋ ਰਹੀ ਆ। ਕੋਈ ਵੀਜ਼ਾ ਫੀਸ ਨਹੀਂ ਲੱਗਣਾ ਚਾਹੀਦਾ, ਕੋਈ ਪਰਮਿਟ ਦੀ ਫੀਸ ਨਹੀਂ ਲੱਗਣੀ ਚਾਹੀਦੀ, ਇਹਦੀ ਡਿਸਕਸ਼ਨ ਹੋ ਰਹੀ ਆ। ਔਰ ਇਹੋ ਜਿਹੇ ਵੇਲੇ ਵੀ ਤੁਸੀਂ ਆਪਣੀ ਰਾਜਨੀਤੀ ਤੋਂ ਬਾਜ਼ ਨਹੀਂ ਆਏ। ਲੋਕ ਵਕਤ ਜਿਹੜਾ ਹੈ, ਲੋਕ ਸਭ ਸਮਝਦੇ ਨੇ ਔਰ ਵਕਤ ਬਹੁਤ ਬਲਵਾਨ ਹੈ।